ਨਹੀਂ, ਮੈਂ ਦੂਜੀ ਵਾਰ ਆਇਆ, ਸਾਡੀ ਮੈਡਮ ਪਹਿਲੀ ਵਾਰੀ ਆਈ ਹੈ। ਮੈਂ 2 ਸਾਲ ਪਹਿਲੇ ਵੀ ਆਇਆ ਸੀ ਇੱਥੇ। ਮੈਡਮ ਤੁਹਾਡੇ ਇਹ ਆਫੀਸਰ ਹੈ ਤੁਹਾਡੇ? ਨਹੀਂ, ਅਫਸਰ ਤਾਂ ਨਹੀਂ, ਮੇਰੀ ਵਾਈਫ ਹੈ। ਅੱਛਾ 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 ਅੱਛਾ। ਬਿੱਲੀਓ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਅਤੇ ਮੈਂ ਅਮੀ ਆਸਫ ਅਲੀ। ਇਸ ਟਾਈਮ ਮੈਂ ਕਰਤਾਰਪੁਰ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਅਤੇ ਮੇਰੇ ਨਾਲ ਇੱਕ ਸਿੱਖ ਫੈਮਿਲੀ ਮੌਜੂਦ ਆ ਜਿਹੜੇ ਆਏ ਹੋਏ ਆ ਇੰਡੀਆ ਤੋਂ। ਪਹਿਲੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਤਾਰਫ ਜਾਣਦੇ। ਕੀ ਨਾਮ ਤੁਹਾਡਾ? ਮੋਹਨ ਸਿੰਘ। ਅੱਛਾ, ਇਹ ਤੁਹਾਡਾ ਕੀ ਨਾਮ ਜੀ? ਸੁਰਿੰਦਰ ਕੌਰ। ਸੁਰਿੰਦਰ ਕੌਰ, ਅਤੇ ਕਿਹੜੇ ਇਲਾਕੇ ਤੋਂ ਆਏ ਹੋ? ਅਸੀਂ ਇੰਡੀਆ ਤੋਂ, ਪਹਿਲੇ ਤਾਂ ਦਿੱਲੀ ਤੋਂ ਆਏ ਸੀ ਪ੍ਰੋਪਰ, ਹੁਣ ਤਾਂ ਦਿੱਲੀ ਦੇ ਹਾਂ। ਪਹਿਲੇ ਵੈਸੇ ਨੂਰਮਹਿਲ ਸ਼ਹਿਰ ਤੋਂ ਹੈਗੇ ਹਾਂ, ਡਿਸਟ੍ਰਿਕਟ ਫਰਸਟ ਸਾਡਾ ਜਿਹੜਾ ਉਹ ਨੂਰਮਹਿਲ ਸ਼ਹਿਰ ਦਾ ਹੈਗਾ। ਪੜ੍ਹੇ ਐਜੂਕੇਸ਼ਨ ਜਿਹੜੀ ਆ ਉਹ ਨੂਰਮਹਿਲ ਸ਼ਹਿਰ ਦੀ ਹੈ, ਉਦੋਂ ਬਾਅਦ ਦਿੱਲੀ ਨੌਕਰੀ, ਸਰਕਾਰੀ ਨੌਕਰੀ, ਫਿਰ ਦਿੱਲੀ ਆ ਗਿਆ ਜੀ। ਅੱਛਾ, ਇੱਥੇ ਤੁਸੀਂ ਮੁਲਤਾਨੀ ਸੋਨ ਹਲਵੇ 'ਤੇ ਖੜੇ ਹੋ ਇਸ ਟਾਈਮ? ਹਾਂਜੀ ਹਾਂਜੀ ਹਾਂਜੀ। ਅਤੇ ਮੁਲਤਾਨ ਦੇ ਬਾਰੇ 'ਚ ਪਤਾ? ਨਹੀਂ, ਮੁਲਤਾਨ ਦੇ ਬਾਰੇ ਮੈਨੂੰ ਜ਼ਿਆਦਾ ਨਹੀਂ, ਪਰ ਸਾਡੇ ਲੋਕ ਹੈਗੇ ਸੀ, ਕੁਲੀਕ ਹੈਗੇ ਸੀ, ਕੁਝ ਮੁਲਤਾਨੀ ਔਫਿਸ 'ਚ ਕੰਮ ਕਰਦੇ ਆ, ਉੱਥੇ ਮੁਲਤਾਨੀ ਸੀਗੇ, ਮਿਲਦੇ ਆ ਕਈ ਲੋਕਾਂ ਨੇ, ਹੈਗੇ ਮੁਲਤਾਨੀ, ਉਹ ਤੋਂ ਦਿੱਖ ਸੁਣੀਦਾ ਹੈਗਾ ਕਿ ਕਾਫੀ, ਕਿਉਂਕਿ ਸਾਡੇ ਉੱਥੇ ਆਉਂਦੇ ਰਹਿੰਦੇ ਸਿੰਧ ਦੇ ਵੀ ਆ, ਮੁਲਤਾਨ ਦੇ ਵੀ ਆ, ਚੰਗ ਸਾਈਡ ਦੇ ਵੀ ਆ। ਲੋਕ ਤਾਂ ਔਫਿਸ ਦੇ ਵਿੱਚ ਤਾਂ ਕੰਬਾਈਨ ਆਉਂਦੇ ਹੀ ਆ ਪੂਰੇ ਪੂਰੇ, ਜਿਹੜੇ ਲੋਕ ਇੱਧਰੋਂ ਜਿਹੜੇ ਪਾਕਿਸਤਾਨ ਤੋਂ ਪਾਰਟੀਸ਼ਨ ਦੇ ਟਾਈਮ ਮਾਈਗ੍ਰੇਟ ਹੋ ਕੇ ਫੈਮਿਲੀਆਂ ਗਈਆਂ ਜੋ ਉੱਥੇ, ਉਹਨਾਂ ਨੂੰ ਮਿਲਦੇ ਰਹੀਦਾ। ਅਤੇ ਜਿਹੜੇ ਮੁਲਤਾਨੀ ਸਰਦਾਰ ਆ ਉੱਥੇ, ਉਹ ਕਿਹੜੀ ਬੋਲੀ ਬੋਲਦੇ? ਪੰਜਾਬੀ ਮੈਨੂੰ ਐਗਜੈਕਟਲੀ ਨਹੀਂ, ਮੁਲਤਾਨੀ ਜੋ ਹੈ ਉਹਨਾਂ ਤਾਂ ਆਪਣੀ ਮੁਲਤਾਨ ਕੀ ਵੈਸੇ ਬੋਲਦੇ ਆ, ਬਾਕੀ ਤਾਂ ਸਾਰੇ ਪੰਜਾਬੀ ਔਰ ਹਿੰਦੀ ਤਾਂ ਹੁਣ ਬੋਲਣ, ਇੰਗਲਿਸ਼ ਸਾਰੇ ਬੋਲਣ ਲੱਗ ਗਏ ਆ। ਆਪਣੀ ਉਹਨਾਂ ਦੇ ਘਰ ਦੀ ਲੈਂਗੁਏਜ ਜਿਹੜੀ ਉਹ ਤਾਂ ਮੁਲਤਾਨ ਦੀ ਜਿਹੜੀ ਹੈਗੀ ਆ, ਉਹ ਮੁਲਤਾਨੀ ਪੰਜਾਬੀ। ਹਾਂ, ਮੁਲਤਾਨੀ ਪੰਜਾਬੀ ਦਾ ਹੀ। ਅੱਛਾ, ਮੁਲਤਾਨ ਜੀ ਸਾਡਾ ਪੰਜਾਬ ਦੀ ਸ਼ਾਨ ਆ, ਬੜਾ ਵੱਡਾ ਸ਼ਹਿਰ ਆ ਔਰ ਬੜਾ ਕਦੀਮ ਸ਼ਹਿਰ ਆ ਪੰਜਾਬ ਦਾ, ਅਤੇ ਔਰ ਪੰਜਾਬ ਦਾ ਯਾਨੀ ਜਿੱਦਾਂ ਕਹਿ ਲਓ ਕਿ ਜੇ ਸਾਡਾ ਦਿਲ ਆ ਲਾਹੌਰ ਪੰਜਾਬ ਦਾ, ਅਤੇ ਮੁਲਤਾਨ ਆ ਜਿਹੜਾ ਉਹ ਵੀ ਸਾਡੀ ਪੰਜਾਬ ਦੀ ਸ਼ਾਨ ਆ। ਅਤੇ ਔਰ ਜਿਹੜੇ ਇੱਥੋਂ ਗਏ ਹੋਏ ਆ ਸਰਦਾਰ ਜਿਹੜੇ ਉੱਥੇ ਰਹਿ ਰਹੇ ਆ, ਜ਼ਾਹਿਰ ਆ ਮੁਲਤਾਨੀ ਪੰਜਾਬੀ ਬੋਲਦੇ ਆ ਉੱਥੇ, ਅਤੇ ਇਹਨਾਂ ਦੇ ਨਾਲ ਅਸੀਂ ਬਾਕੀ, ਚਲੋ ਇਹ ਤਾਂ ਗੱਲ ਇੱਕ ਹੋਰ ਆ ਗਈ ਕਿਉਂਕਿ ਇੱਥੇ ਮੈਂ ਮੁਲਤਾਨੀ ਸੋਨਲ ਵੇ 'ਤੇ ਖੜਾ ਸੀ, ਅਤੇ ਮੈਂ ਕਿਹਾ ਚਲੋ ਨਾਲ ਮੁਲਤਾਨ ਦੀ ਵੀ ਗੱਲਬਾਤ ਕਰ ਲਈਏ। ਅਤੇ ਅੱਛਾ, ਪਹਿਲੀ ਵਾਰੀ ਆਏ ਹੋ ਪਾਕਿਸਤਾਨ? ਨਹੀਂ, ਮੈਂ ਦੂਜੀ ਵਾਰ ਆਇਆ, ਸਾਡੀ ਮੈਡਮ ਪਹਿਲੀ ਵਾਰੀ ਆਈ ਹੈ। ਮੈਂ 2 ਸਾਲ ਪਹਿਲੇ ਵੀ ਆਇਆ ਸੀ ਇੱਥੇ। ਤੁਹਾਡੇ ਨਹੀਂ, ਮੈਡਮ ਤੁਹਾਡੇ ਇਹ ਆਫੀਸਰ ਹੈ ਤੁਹਾਡੇ? ਨਹੀਂ, ਅਫਸਰ ਤਾਂ ਨਹੀਂ, ਮੇਰੀ ਵਾਈਫ ਹੈ। ਅੱਛਾ 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 ਅੱਛਾ। ਨਹੀਂ ਨਹੀਂ, ਤੁਸੀਂ ਕਿਹਾ ਸਾਡੀ ਮੈਡਮ? ਨਹੀਂ ਨਹੀਂ ਨਹੀਂ, ਮੈਡਮ ਸਾਡੇ ਇੰਡੀਆ 'ਚ ਵੀ ਆ, ਮੈਡਮ ਵਾਈਫ ਨੂੰ ਵੀ ਮੈਡਮ ਹੀ ਕਹਿੰਦੇ ਆ ਜੀ ਉੱਥੇ। ਅਤੇ ਅੱਛਾ, ਆਏ ਹੋ ਤੁਸੀਂ ਪਹਿਲੇ ਜਦੋਂ ਆਏ ਸੀਗੇ ਉਦੋਂ ਆਏ ਸੀ ਨਨਕਾਣਾ ਸਾਹਿਬ? ਨਨਕਾਣਾ ਸਾਹਿਬ ਮੈਂ ਆਇਆ ਸੀ 89 ਦੇ ਵਿੱਚ, ਨਨਕਾਣਾ ਸਾਹਿਬ ਵੀ ਆਇਆ ਸੀਗਾ ਇੱਥੇ, ਮਤਲਬ ਮੈਂ 2 ਸਾਲ ਪਹਿਲੇ ਐਕਚੁਲੀ, ਉਦੋਂ ਇਹਨਾਂ ਦਾ ਬਣ ਨਹੀਂ ਪਾਇਆ ਸੀ, ਕੋਈ ਪਾਸਪੋਰਟ 'ਚ ਕੋਈ ਦਿੱਕਤ, ਫਾਰਮ ਭਰਨ 'ਚ ETI ਦਿੱਕਤ ਹੋ ਗਈ ਸੀ, ਅਤੇ ਉੱਥੇ ਪਿੱਛੇ ਰਹਿ ਗਏ, ਅਤੇ ਮੇਰਾ ਹੋ ਗਿਆ ਸੀ ਕਲੀਅਰ, ਮੈਂ ਆ ਗਿਆ ਸੀਗਾ, ਇਹ ਫਿਰ ਨਹੀਂ ਆਏ, ਅਤੇ ਇਹਨਾਂ ਨੂੰ ਹੁਣ ਦਿਖਾਉਣ ਵਾਸਤੇ ਫਿਰ ਪਰਟੀਕੁਲਰਲੀ ਮੈਨੂੰ ਹੁਣ ਫਿਰ ਆਉਣਾ ਪਿਆ। ਪੂਰੀ ਬੱਸ ਆਈ ਸੀ ਸਾਡੇ, ਮਤਲਬ ਉਸ 'ਚ ਆਈ ਸੀ, ਬੱਸ 'ਚ ਆਈ ਸੀ। ਨਹੀਂ, ਜੇ ਤੁਹਾਡਾ ਉਦੋਂ ਕਿਉਂ ਰਹਿ ਗਿਆ? ਮਤਲਬ ਥੋੜ੍ਹੀ ਸਪੈਲਿੰਗ ਮਿਸਟੇਕ ਹੋ ਗਈ ਪਾਸਪੋਰਟ 'ਚ ਨਾ, ਥੋੜ੍ਹੀ ਸਪੈਲਿੰਗ ਮਿਸਟੇਕ ਹੋ ਗਈ ਥੋੜ੍ਹੀ। ਹਾਂਜੀ, ਫਿਰ ਉਹ ਸਾਰੇ ਸੁਲਤਾਨਪੁਰ ਦੇ ਗੁਰਦੁਆਰੇ ਸਾਰੇ ਦੇਖ ਲਏ ਸੀ, ਗੁਰੂ ਨਾਨਕ ਦੇਵ ਜੀ ਦੇ, ਬੇਬੇ ਨਾਨਕੀ ਜੀ ਦਾ, ਹੋਰ ਵੀ ਚੋਲਾ ਸਾਹਿਬ, ਹੋਰ ਸਾਰੇ ਗੁਰਦੁਆਰੇ ਕਾਫੀ ਹੈਗੇ ਨੇ, ਉਹ ਦੇਖ ਲਏ ਸਾਰੇ, ਬਾਰੋ ਉੱਥੋਂ ਚਲੇ ਗਏ ਸੀਗੇ, ਉਹ ਸਾਰੇ ਦੇਖੇ ਸੀ। ਨਹੀਂ ਜੀ, ਚਲੋ ਚੰਗਾ ਹੋਇਆ ਬੜਾ ਤੁਸੀਂ ਇਕੱਠੇ ਆਏ ਹੋ। ਹੁਣੇ ਨਾ ਮੈਨੂੰ ਇੱਕ ਹੋਰ ਪਿੱਛੇ ਫੈਮਿਲੀ ਮਿਲੀ, ਉਹ ਜਿਹੜਾ ਸੀਗਾ ਮੁੰਡਾ ਜਿਹਨੇ ਸਾਰੇ ਫਾਰਮ ਭਰੇ ਸੀ, ਉਹ ਆਪ ਰਹਿ ਗਿਆ, ਉਹਦੀ ਵਾਲਦਾ, ਉਹਦੀ ਬੀਵੀ, ਉਹਦੇ ਬੱਚੇ ਸਾਰੇ ਆ ਗਏ, ਉਹ ਆਪ ਉੱਥੇ ਪਰੇ ਬਾਰਡਰ 'ਤੇ ਖੜਾ ਦੇਖ ਰਿਹਾ। ਥੋੜ੍ਹੀ ਜਿਹੀ ਇੱਕ ਸਪੈਲਿੰਗ ਮਿਸਟੇਕ ਹੋ ਜਾਂਦੀ, ਜਿਹੜੇ ਸਾਡੇ ਫਾਰਮ ਪਿਛਲੀ ਵਾਰ ਭਰੇ ਸੀਗੇ ਉਹਨੇ ਇੱਦਾਂ ਹੀ ਸੀਗਾ, ਮੇਰਾ ਠੀਕ ਭਰਤਾ, ਇਹਦੇ ਫਾਰਮ ਦੇ ਵਿੱਚ ਪਾਸਪੋਰਟ 'ਚ ਐੱਮ ਦੀ ਜਗ੍ਹਾ ਐੱਨ ਦੀ ਜਗ੍ਹਾ ਐੱਮ ਲਿਖ ਦਿੱਤਾ, ਉਹਦੇ ਕਰਕੇ ਉੱਥੋਂ ITF ਅਤੇ ਪਤਾ ਨਹੀਂ ਚੱਲਦਾ ਨਾ, 2 ਦਿਨ ਪਹਿਲੇ ਹੀ ਫਿਰ ਕਲੀਅਰੈਂਸ, 2 ਦਿਨ ਪਹਿਲੇ ਮਿਲਦੀ ਹੈ, ਦੁਬਾਰਾ ਫਿਰ ਉਹ ਡੇਟ ਮਿਲਦੀ ਨਹੀਂ ਹੈਗੀ, ਦਿੱਕਤ ਨਹੀਂ, ਇਸ ਕਰਕੇ ਦਿੱਕਤ ਹੋ ਜਾਂਦੀ। ਬਹਰਾਲ ਜੀ, ਬੜਾ ਅੱਛਾ ਲੱਗਿਆ ਤੁਸੀਂ ਇੱਥੇ ਆਏ, ਤੁਸੀਂ ਇਹ ਦੱਸੋ ਤੁਹਾਨੂੰ ਪਾਕਿਸਤਾਨ ਕਿਵੇਂ ਲੱਗਿਆ? ਹਾਂਜੀ, ਅੱਛਾ ਲੱਗਿਆ, ਪਾਕਿਸਤਾਨ ਅੱਛਾ, ਇੰਨਾ ਜਿੰਨਾ ਦੇਖਿਆ ਤਾਂ ਠੀਕ ਹੈ, ਬਾਕੀ ਹੋਰ ਦੇਖਣ ਦੀ ਵੀ ਇੱਛਾ ਹੈ, ਬਾਕੀ ਪਾਕਿਸਤਾਨ ਜੋ ਹੈ ਨਾ ਉਹ ਵੀ ਦੇਖਣਾ ਚਾਹੁੰਦੇ ਹਾਂ। ਵੈਸੇ ਸਾਡਾ ਨਨਕਾਣਾ ਸਾਹਿਬ ਦੇਖਿਆ,
ਕਿਉਂਕਿ ਮੈਂ ਪੰਜਾ ਸਾਹਿਬ ਜੋ ਵੀ ਉਹ ਵੀ ਦੇਖਣ ਚਾਹੁੰਦੇ ਵਾਲਾ ਸੀ। ਦੋਨੇ ਸਾਰੇ ਮੁਲਤਾਨੀ ਵੀ ਆ, ਕੁਛ ਆਪਣੇ ਆਫਿਸ ਦੇ ਕੁਲੀਗ ਵੀ ਹੁੰਦੇ ਆ, ਉਹਨਾਂ ਨੂੰ ਵੀ ਨਾਲ ਥੋੜ੍ਹਾ ਜਿਹਾ ਟੇਸਟ ਕਰਾਈਦਾ ਕਿ ਚੱਲ ਯਾਰ ਪਾਕਿਸਤਾਨ ਲੈ ਕੇ ਥੋੜ੍ਹਾ ਤੁਹਾਨੂੰ ਮਿਠਾਈ ਉੱਥੇ ਦੀ ਬਿਠਾ ਦਈਏ, ਬਣੀ ਹੋਈ ਚੀਜ਼ ਦਿਖਾ ਦਿੰਦੇ ਉੱਥੇ ਦੀ ਵੀ ਹੋਰ ਕੀ ਹੈ ਵਧੀਆ, ਕਿਉਂਕਿ ਉੱਥੇ ਤਾਂ ਮਿਲਦੀਆਂ ਰਹਿੰਦੀਆਂ, ਇਹ ਤਾਂ ਨਹੀਂ ਕਿ ਉੱਥੇ ਵੀ ਬਣਦੇ ਆ ਮੁਲਤਾਨੀ ਮਿਲਦਾ, ਉੱਥੇ ਵੀ ਹਲਵਾ ਮਿਲਦਾ ਹੈਗਾ, ਮਿਲ ਜਾਂਦਾ ਉੱਥੇ ਵੀ ਮਿਲ ਜਾਂਦਾ ਸਾਰਾ, ਜਿਵੇਂ ਮੁਲਤਾਨ ਦੇ ਕਾਫੀ ਲੋਕ ਹਲਵਾਈਆਂ ਦੁਕਾਨਾਂ ਉੱਥੇ ਵੀ ਖੁੱਲੀਆਂ ਹੋਈਆਂ, ਇਹਨਾਂ ਨੇ ਖੁੱਲੀਆਂ ਹੋਈਆਂ ਆਪਣੀਆਂ, ਹਰ ਚੀਜ਼ ਉੱਥੇ ਹੀ ਮਿਲ ਜਾਂਦੀ ਹੈ, ਹਰ ਜਿੰਨੇ ਵੀ ਇੱਥੋਂ ਗਏ ਆ ਲੋਕ ਉੱਥੋਂ ਸਾਰੇ ਮਿਲ ਜਾਂਦੇ ਆ, ਚਾਹੇ ਲਾਹੌਰ ਦੇ ਆ ਜਾਂ ਕਿਸ ਤਰ੍ਹਾਂ, ਹਰ ਇੱਕ ਨੇ ਆਪਣੀ ਆਪਣੀ ਦੁਕਾਨਾਂ ਜਿਹੜੇ ਇੱਥੋਂ ਗਏ ਆ, ਉਹਨਾਂ ਦੀ ਖਾਨਦਾਨੀ ਦੁਕਾਨਾਂ ਚੱਲੀ ਜਾਂਦੀਆਂ ਉੱਥੇ ਚੱਲੀ ਜਾਂਦੀਆਂ ਲਿਖੀਆਂ ਹੁੰਦੀਆਂ। ਉੱਥੇ ਵੀ ਇੱਦਾਂ ਹੀ ਨਾਮ ਆ ਜਿਹੜੇ ਇੱਧਰੋਂ ਗਏ ਉਹਨਾਂ ਦੇ ਨਾਮ ਮੁਲਤਾਨੀ ਮਠਿਆਈਆਂ ਦੇ ਨਾਲ ਲਾਹੌਰੀ ਮਠਿਆਈਆਂ, ਹਾਂ ਰੱਖੀਆਂ ਇੱਦਾਂ ਹੀ, ਹਾਂ ਲਾਹੌਰੀ ਲਿਖ ਦਿੰਦੇ ਹੋ, ਲਾਹੌਰੀ ਮਠਿਆਈ ਪਾਕਿਸਤਾਨੀ ਮਠਿਆਈ ਜਾਂ ਮਤਲਬ ਮੁਲਤਾਨੀ ਮਠਿਆਈ ਨਾਲ ਨਾਲ ਤੋਂ ਆ ਵੀ ਹੁਣ ਇੱਥੇ ਵੀ ਹੁਣ ਤੁਸੀਂ ਕਹਾਂਗੇ ਤਾਂ ਬਰਫ਼ ਹੈ ਮਤਲਬ ਬਰਫੀ ਹੈਗੀ ਹੈ ਜੇ ਹੈ ਸਾਰਾ ਚੀਜ਼ਾਂ ਤਾਂ ਇੱਦਾਂ ਹੀ ਕਹਿੰਦੇ ਆ, ਪਰ ਉੱਥੇ ਇਹ ਕਹਿੰਦੇ ਜੀ ਮੁਲਤਾਨ ਦੀ ਬਰਫੀ ਜਾਂ ਉੱਥੇ ਦੀ ਕਿਸ ਤਰ੍ਹਾਂ ਡਿਜ਼ਾਈਨ ਆ ਉਹਦੇ ਦਾ ਐਗ ਬਣਾ ਕੇ ਇੱਦਾਂ ਕਹਿੰਦੇ ਜੀ। ਗੁਜਰਾਤੀ ਮਿਠਾਈਆਂ, ਮੁਲਤਾਨੀ, ਪੰਜਾਬ ਦੀਆਂ ਮਤਲਬ ਮਿਠਾਈਆਂ ਤਾਂ ਸਾਰੀਆਂ ਹੀ ਮਿਲਦੀਆਂ ਇੱਥੇ ਸਾਰੇ। ਬਹਿਰਹਾਲ ਜੀ ਫਿਰ ਆਓ, ਫਿਰ ਮੈਂ ਤਾਂ ਕਹਿੰਦਾ ਕਿ ਬਾਰ ਬਾਰ ਆਓ ਤਾਂ ਕਿ ਇੱਥੇ ਆਉਣਾ ਜਾਣਾ ਲੱਗਿਆ ਰਹੇ ਅਤੇ ਦੋਵਾਂ ਦੇਸ਼ਾਂ ਦੀ ਜਿਹੜੀ ਆਪਸ 'ਚ ਪਿਆਰ ਦੀ ਸਾਂਝ ਆ ਉਹ ਵੱਧਦੀ ਰਹੇ।